ਅੱਗੇ ਵਧਦੇ ਅਗਲੀ ਖਬਰ ਦਾ ਰੋਕ ਕਰਾਂਗੇ। ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਡੇਰਿਆਂ ਦਾ ਅਸਰ ਚਰਚਾ ਦੇ ਵਿੱਚ ਹੈ। ਸਿਆਸੀ ਲੋਕ ਵੀ ਡੇਰਿਆਂ ਦੀ ਸ਼ਰਨ ਦੇ ਵਿੱਚ ਜਾਂਦੇ ਨੇ, ਪਰ ਹਰ ਸਿਆਸੀ ਪਾਰਟੀ ਡੇਰਿਆਂ ਦੇ ਗੇੜਿਆਂ ਨੂੰ ਆਪਣੇ ਆਪਣੇ ਤਰੀਕੇ ਨਾਲ ਸਹੀ ਸਾਬਤ ਕਰਨ ਦੀ ਹੁਣ ਕੋਸ਼ਿਸ਼ ਕਰ ਰਹੀ ਹੈ। ਰਿਪੋਰਟ ਵੇਖੋ। ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਹਰ ਪਾਰਟੀ ਹਰ ਦਾਅ ਪੇਸ ਦਾ ਇਸਤੇਮਾਲ ਕਰ ਰਹੀ ਹੈ। ਕਿਸੇ ਵੀ ਕੋਨੇ ਤੋਂ ਕੋਈ ਵੀ ਕਸਰ ਨਹੀਂ ਛੱਡੀ ਜਾ ਰਹੀ ਹੈ। ਲੋਕਾਂ ਤੱਕ ਪਹੁੰਚ ਕਰਨ ਦੇ ਹਰ ਮੀਡੀਅਮ ਦਾ ਸਹਾਰਾ ਲਿਆ ਜਾ ਰਿਹਾ ਹੈ। ਧਰਮ ਵੀ ਇੱਕ ਮੀਡੀਅਮ ਦੇ ਤੌਰ ਤੇ ਆਗੂਆਂ ਵੱਲੋਂ ਇਸਤੇਮਾਲ ਕੀਤਾ ਜਾ ਰਿਹਾ ਹੈ। ਪੰਜਾਬ ਦੀ ਸਿਆਸਤ ਵਿੱਚ ਡੇਰਿਆਂ ਦਾ ਅਸਰ ਦੇਖਣ ਨੂੰ ਮਿਲਦਾ ਹੈ। ਇਸ ਲਈ ਚੋਣਾਂ ਦੇ ਮੌਸਮ ਵਿੱਚ ਹਰ ਸਿਆਸੀ ਆਗੂ ਵੱਖ ਵੱਖ ਡੇਰੇਦਾਰਾਂ ਨੂੰ ਮਿਲਣ ਪਹੁੰਚਦੇ ਨੇ। ਅਕਾਲੀ ਦਲ ਅਤੇ ਬੀਜੇਪੀ ਡੇਰੇਦਾਰਾਂ ਨੂੰ ਮਿਲਣਾ ਗਲਤ ਨਹੀਂ ਮੰਨਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਸਿਆਸੀ ਪਾਰਟੀਆਂ ਨੂੰ ਸਭ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਹੈ, ਇਸ ਲਈ ਮਿਲਣਾ ਗਲਤ ਨਹੀਂ ਹੈ। ਜਿਹੜੀ ਪਾਰਟੀ ਹੁੰਦੀ ਹੈ ਉਹਨੇ ਤਾਂ ਹਰ ਇੱਕ ਦੇ ਘਰ ਜਾਣਾ ਜੀ, ਭਾਵੇਂ ਕੋਈ ਡੇਰੇਦਾਰ ਹੋਵੇ, ਭਾਵੇਂ ਕੋਈ ਆਮ ਆਦਮੀ ਹੋਵੇ, ਭਾਵੇਂ ਕੋਈ ਕਿਸੇ ਵੀ ਵੋਟਰ ਹੋਵੇ, ਉਹ ਤਾਂ ਐਜ਼ ਏ ਵੋਟਰ ਕਿਸੇ ਕੋਲ ਵੀ ਜਾ ਸਕਦੇ ਆ। ਅਤੇ ਜੇ ਲੋਕ ਇਹ ਸੋਚਣ ਕਿ ਡੇਰੇਦਾਰ ਕਿਸੇ ਨੂੰ ਕੋਈ ਹੁਕਮ ਲਾ ਕੇ ਵੋਟਾਂ ਪਾਉਂਦੇ, ਮੇਰਾ ਨਹੀਂ ਖਿਆਲ ਕਿ ਕੋਈ ਇਸ ਤਰ੍ਹਾਂ ਵੋਟਾਂ ਪਾਉਂਦਾ ਹੋਵੇ। ਦੇਖੋ, ਜਿਹੜਾ ਇਲੈਕਸ਼ਨ ਹੈ ਨਾ, ਉਹਦੇ 'ਚ ਤਾਂ ਜਿਹੜਾ ਕੈਂਡੀਡੇਟ ਹੈ ਉਸਨੂੰ ਹਰੇਕ ਬੰਦੇ ਨੂੰ ਅਪਰੋਚ ਕਰਨਾ ਪੈਂਦਾ ਹੈ। ਲੇਕਿਨ ਅਗਰ ਸਰਕਾਰ ਦੀ ਪੋਲਿਸੀ ਠੀਕ ਹੈ, ਦੇ ਆਰ ਨੋਟ ਇਨਫਲੂਐਂਸਡ ਬਾਈ ਦੀਸ ਪੀਪਲ, ਔਰ ਲੋਕਾਂ ਦੇ ਹਿੱਤ ਦੀ ਗੱਲ ਕਰ ਰਹੀ ਹੈ, ਫਿਰ ਕਿਸੇ ਦਾ ਵੀ ਵਿਊ ਲੈਣਾ, ਕਿਸੇ ਨੇ ਮਿਲਣਾ ਕੋਈ ਮਾੜੀ ਗੱਲ ਨਹੀਂ ਹੈ। ਉਧਰ ਕਾਂਗਰਸ ਖੁਦ ਨੂੰ ਧਰਮ ਨਿਰਪੱਖ ਪਾਰਟੀ ਦੱਸ ਰਹੀ ਹੈ ਅਤੇ ਦਾਅਵਾ ਕਰ ਰਹੀ ਹੈ ਕਿ ਉਹਨਾਂ ਦਾ ਝੁਕਾ ਕਿਸੇ ਇੱਕ ਧਰਮ ਜਾਂ ਡੇਰੇ ਵੱਲ ਨਹੀਂ ਹੈ। ਕਾਂਗਰਸ ਪਾਰਟੀ ਸੈਕੂਲਰ ਪਾਰਟੀ ਹੈ, ਅਸੀਂ ਸਾਰੇ ਧਰਮਾਂ 'ਚ ਵਿਸ਼ਵਾਸ ਰੱਖਦੇ, ਸਾਰੇ ਡੇਰਿਆਂ ਦੇ ਲੋਕ ਸਾਡੇ ਕੋਲ ਕਾਂਗਰਸ ਪਾਰਟੀ ਦੇ ਵਿੱਚ ਕੰਮ ਕਰ ਰਹੇ ਹੈ। ਸੋ ਅਸੀਂ ਪਾਰਟੀਕੁਲਰਲੀ ਕਿਸੇ ਵੀ ਇੱਕ ਧਰਮ ਦੇ ਨਾਲ ਅਟੈਚ ਹੋ ਕੇ ਪਾਰਟੀ ਚਲਾਉਣ ਵਾਲੀ ਨਹੀਂ ਹੈ। ਪਾਰਟੀ ਇਹ ਸੈਕੂਲਰ ਹੈ, ਇਹਦੇ 'ਚ ਹਰ ਤਰ੍ਹਾਂ ਦਾ ਜਿਹੜਾ ਵਰਗ ਹੈ, ਹਰ ਤਰ੍ਹਾਂ ਦਾ ਧਰਮ ਹੈ, ਉਹ ਇਹਦੇ 'ਚ ਆ ਕੇ ਕੰਮ ਕਰ ਸਕਦਾ ਅਤੇ ਅਸੀਂ ਸਾਰਿਆਂ ਦਾ ਹੀ ਸਤਿਕਾਰ ਕਰਦੇ ਹਾਂ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਉਹਨਾਂ ਡੇਰਾਦਾਰਾਂ ਨੂੰ ਮਿਲਣਾ ਗਲਤ ਨਹੀਂ ਹੈ ਜੋ ਸਮਾਜ ਦੇ ਲਈ ਸਹੀ ਸੋਚਦੇ ਨੇ। ਦੇਖੋ ਜੀ, ਜਿਹਦਾ ਜਿੱਥੇ ਜੋ ਜਿਹਦੀ ਆਸਥਾ ਹੈ, ਜੋ ਸੰਗਤ ਲਈ ਔਰ ਆਵਾਮ ਲਈ ਕੰਮ ਕਰਦੇ ਨੇ, ਉਹਨਾਂ ਲੋਕਾਂ ਨੂੰ ਮਿਲਣਾ ਚਾਹੀਦਾ, ਉਹਨਾਂ ਦਾ ਸਮਰਥਨ ਲੈਣਾ ਚਾਹੀਦਾ। ਹਾਂ, ਜਿਹੜੇ ਆਵਾਮ ਲਈ ਇੱਕ ਤਰ੍ਹਾਂ ਦਾ, ਮੈਂ ਸਮਝਦਾ ਕਿ ਐਸਾ ਉਹਨਾਂ ਦਾ ਸਮੂਹ ਹੈ ਜਿਹੜੇ ਸਿਰਫ ਆਵਾਮ ਨੂੰ ਧਾਰਮਿਕ ਮੁੱਦਿਆਂ ਦੇ ਉੱਤੇ ਲੁੱਟਦੇ ਨੇ, ਧਾਰਮਿਕ ਗੱਲਾਂ ਦੇ ਉੱਤੇ, ਧਾਰਮਿਕ ਇਸ਼ੂਜ਼ ਦੇ ਉੱਤੇ ਲੋਕਾਂ ਨੂੰ ਸਿਰਫ ਉਹਨਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਨੇ, ਉਹਨਾਂ ਲੋਕਾਂ ਦੀ ਸਮਾਜ ਵਿੱਚ ਕੋਈ ਥਾਂ ਨਹੀਂ। ਹਰ ਪਾਰਟੀ ਕਿਤੇ ਨਾ ਕਿਤੇ ਡੇਰਾਦਾਰਾਂ ਨੂੰ ਮਿਲਣਾ ਗਲਤ ਨਹੀਂ ਮੰਨ ਰਹੀ ਹੈ। ਗਲਤ ਜਾਂ ਸਹੀ ਹੋਣਾ ਬਾਅਦ ਦੀ ਗੱਲ ਹੈ, ਪਰ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਡੇਰਾ ਪੋਲਿਟਿਕਸ ਦਾ ਅਸਰ ਜ਼ਰੂਰ ਨਜ਼ਰ ਆਏਗਾ। ਜਗਤਾਰ ਭੁੱਲਰ, ਸੀ ਮੀਡੀਆ, ਚੰਡੀਗੜ੍ਹ।